ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿੱਦਾਂ ਕਿ ਪਹਿਲਾਂ ਕੋਵਿਡ ਦੇ ਕੇਸ ਵਧਨੇ ਸਟਾਰਟ ਹੋ ਗਏ ਸੀਗੇ ਉਤੋਂ ਬਾਅਦ ਫਿਰ ਘਟਨੇ ਸਟਾਰਟ ਹੋ ਗਏ ਹੁਣ ਦੁਬਾਰਾ ਫਿਰ ਜਿਹੜੇ ਰਵਾਣੀਆਂ ਵਿੱਚ ਜਿਹੜੇ ਉਹ ਕੇਸ ਵਧਨੇ ਸਟਾਰਟ ਹੋ ਗਏ ਜਦੋਂ ਇੱਕ ਟਾਈਮ ਸੀਗਾ ਜਦੋਂ ਕੋਵਿਡ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਸੀਗਾ ਨਾ ਸਾਰੇ ਕੰਟਰੀਆਂ ਵਿੱਚ ਤੇ ਬਹੁਤ ਸਾਰੀ ਕੰਟਰੀ ਨੇ ਫਲਾਈਟਾਂ ਬੰਦ ਕਰ ਦਿੱਤੀਆਂ ਸੀਗੀਆਂ ਆਪਣੇ ਕੰਟਰੀ ਦੀਆਂ ਐਂਟਰੀਆਂ ਬੰਦ ਕਰ ਦਿੱਤੀਆਂ ਸੀਗੀਆਂ ਰਮਾਨੀਆ ਵਿੱਚ ਉਦੋਂ ਵੀ ਇੰਨੇ ਕੇਸ ਨਹੀਂ ਸੀ ਆਉਂਦੇ 24 ਘੰਟਿਆਂ ਦੇ ਜਿਹਨੇ ਇਸ ਟਾਈਮ ਆ ਰਹੇ ਹੁਣ 35 ਤੋਂ 40 ਹਜ਼ਾਰ ਜਿਹੜੇ ਕੇਸ ਆ ਇਹਨਾਂ ਦਿਨਾਂ ਵਿੱਚ ਆ ਰਹੇ ਆ ਰਮਾਨੀਆ ਵਿੱਚ ਇਸ ਕਰਕੇ ਰਮਾਨੀਆ ਵਿੱਚ ਕਾਫੀ ਸਖਤਾਈ ਹੋਈ ਪਈ ਆ ਕੁਝ ਚੀਜ਼ਾਂ ਤੇ ਪਹਿਲਾਂ ਵੀ ਇਹਨਾਂ ਨੇ ਪਾਬੰਦੀ ਲਾਈ ਸੀ ਉਹ ਪਾਬੰਦੀ ਹੁਣ ਵੀ ਆ ਇਦਾਂ ਮਾਲ ਵਗੈਰਾ 'ਚ ਤੁਸੀਂ ਜਾਣੇ ਆ ਤੁਹਾਡੇ ਮਾਸਕ ਲੱਗਾ ਹੋਣਾ ਚਾਹੀਦਾ ਤੇ ਤੁਹਾਡੇ ਕੋਲ ਜਿਹੜੀ ਵੈਕਸੀਨ ਉਹਦਾ ਜਿਹੜਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਤੇ ਤੁਸੀਂ ਫੇਰ ਹੀ ਕਿਸੇ ਮਾਲ ਦੇ ਵਿੱਚ ਜਾ ਸਕਦੇ ਆ ਜਾਂ ਇਦਾਂ ਕਿਸੇ ਵੀ ਸ਼ਾਪ ਦੇ ਵਿੱਚ ਜਾਂ ਇਦਾਂ ਨਾ ਟ੍ਰੇਨ ਦੇ ਵਿੱਚ ਟਰੈਵਲ ਕਰਨਾ ਤੁਸੀਂ ਪਬਲਿਕ ਟਰਾਂਸਪੋਰਟ ਤੇ ਟਰੈਵਲ ਕਰਨਾ ਤੇ ਤੁਹਾਡੇ ਮਾਸਕ ਲੱਗਾ ਹੋਣਾ ਚਾਹੀਦਾ ਵਾ ਉਹ ਸਾਰਾ ਹੁਣ ਵੀ ਚੱਲ ਰਿਹਾ ਵਾ ਉਸ ਤੋਂ ਇਲਾਵਾ ਜਿੱਦਾਂ ਮਤਲਬ ਕਿ ਤੁਸੀਂ ਇੰਡੀਆ ਤੋਂ ਜੇ ਤੁਸੀਂ ਆਉਂਦੇ ਆ ਜਿਹੜੀਆਂ ਰੈੱਡ ਜ਼ੋਨ ਦੇ ਵਿੱਚ ਕੰਟਰੀਆਂ ਆ ਜੇ ਉਸ ਉਹਨਾਂ ਕੰਟਰੀਆਂ ਤੋਂ ਕੋਈ ਬੰਦਾ ਆਉਂਦਾ ਤੇ ਰਮਾਨੀਆ 에ਅਰਪੋਰਟ ਤੇ ਆ ਕੇ ਤੁਹਾਡਾ ਕੋਵਿਡ ਦਾ ਟੈਸਟ ਲਾ ਦੇਖਿਆ ਜਾਂਦਾ ਵਾ ਉਹਦਾ ਟੈਸਟ 48 ਘੰਟੇ ਦਾ ਵੈਲਿਡ ਲੈ ਰਿਹਾ ਹੈ ਕਈ ਥਾਵਾਂ ਤੇ 72 ਵੀ ਚੱਲਦਾ ਪਰ ਤੇ 48 ਘੰਟੇ ਦਾ ਵੈਲਿਡ ਮੰਨ ਰਹੇ ਆ ਤੇ ਜੇ ਵੈਕਸੀਨ ਲੱਗੀ ਆ ਤੁਹਾਡੇ ਜੇ ਤੁਸੀਂ ਰੈੱਡ ਜ਼ੋਨ ਵਾਲੇ ਕੰਟਰੀ ਤੋਂ ਆਏ ਆ ਤੁਹਾਨੂੰ 14 ਦਿਨਾਂ ਨੇ ਕਵਾਰਨਟਾਈਨ ਕਰਨਾ 14 ਦਿਨਾਂ ਵਾਸਤੇ ਸੋ ਬਾਕੀ ਜਿਹੜੀ ਟੈਸਟਿੰਗ ਉਹ ਕਾਫੀ ਤੇਜ਼ੀ ਨਾਲ ਚੱਲ ਰਹੀ ਹੈ ਕਾਫੀ ਤੇਜ਼ੀ ਨਾਲ ਜਿਹੜੇ ਰਮਾਣੀਆ ਵਿੱਚ ਟੈਸਟ ਹੋ ਰਿਹਾ ਹਰ ਦਿਨ 1 ਲੱਖ ਦੇ ਲਗਭਗ ਨੇ ਜਿਹੜੇ ਉਹ ਟੈਸਟ ਹੋ ਰਹੇ ਆ ਇਹ ਇੱਥੇ ਲੁੱਕ ਪੀਸੀਆਰ ਕਰਾਉਂਦੇ ਆ ਜਾਂ ਕਿਦਾਂ ਵੀ ਹਣ ਤੇ ਉਹ ਟੈਸਟ ਹੁੰਦੇ ਆ ਜੇ ਤੁਸੀਂ ਹਸਪੀਟਲ ਵਗੈਰਾ ਵਿੱਚ ਜਾਂਦੇ ਆ ਜਿਹੜੇ ਰੈੱਡ ਜ਼ੋਨ ਦੇ ਵਿੱਚ ਸਿਟੀ ਆ ਜਿਹੜੇ ਰੈੱਡ ਜ਼ੋਨ ਵਿੱਚ ਸਿਟੀ ਅਰਮਾਨੀਆ ਦੇ ਜੀ ਉਹਨਾਂ ਸਿਟੀਆਂ ਦੇ ਵਿੱਚੋਂ ਜੇ ਕੋਈ ਬੰਦਾ ਹਸਪੀਟਲ 'ਚ ਜਾਂਦਾ ਜੇ ਉਸ ਨੂੰ ਖੰਗ 'ਚ ਕਾਮ ਬੁਖਾਰ ਕੁਝ ਵੀ ਦਾ ਹੈਗਾ ਤੇ ਪਹਿਲਾਂ ਉਹਦਾ ਪੀਸੀਆਰ ਟੈਸਟ ਪਹਿਲਾਂ ਉਹਦਾ ਕੋਵਿਡ ਟੈਸਟ ਕਰਦੇ ਉਸ ਤੋਂ ਬਾਅਦ ਹੀ ਉਹਨੂੰ ਅੰਦਰ ਐਂਟਰ ਹੋਣ ਦਿੰਦੇ ਆ ਹਸਪੀਟਲ ਦੇ ਵਿੱਚ ਸੋ ਇਹ ਤੋਂ ਇਲਾਵਾ ਜੇ ਤੁਸੀਂ ਬ ਬਲਗਾਰੀਆ ਤੋਂ ਅਰਮਾਨੀਆ 'ਚ ਐਂਟਰ ਹੁੰਦੇ ਆ ਤੇ ਤੁਹਾਡੇ ਵੈਕਸੀਨ ਲੱਗੀ ਹੋਣੀ ਚਾਹੀਦੀ ਆ ਤੁਹਾਡੇ ਕੋ ਕੋਵਿਡ ਦਾ ਟੈਸਟ ਹੋਣਾ ਚਾਹੀਦਾ ਤੇ ਫਿਰ ਤੁਹਾਨੂੰ ਕੁਆਰੰਟੀਨ ਨਹੀਂ ਕਰਨਗੇ ਤੇ ਇਦਾਂ ਹੀ ਰਮਾਨੀਆ ਤੋਂ ਜੇ ਤੁਸੀਂ ਜਾਂਦੇ ਹੋ ਤੇ ਉਹਦੇ ਉਹਦਾ ਵੀ ਸੇਮ ਹੀ ਰੂਲ ਆ ਤੇ ਉਸ ਤੋਂ ਇਲਾਵਾ ਜੇ ਤੁਸੀਂ ਕੋਵਿਡ ਦਾ ਟੈਸਟ ਕਰਾ ਕੇ ਰਮਾਨੀਆ ਵਿੱਚ ਆਉਂਦੇ ਆ ਬਲਗਰੀਆ ਤੋਂ ਤੇ ਫਿਰ ਤੁਹਾਨੂੰ ਜਿਹੜਾ ਕੁਆਰੰਟੀਨ ਨਹੀਂ ਕੀਤਾ ਜਾਊਗਾ ਸੋ ਇਹੀ ਸਿਸਟਮ ਹੈਗਾ ਵਾ ਸਰਬੀਆ ਵਾਸਤੇ ਜੇ ਤੁਸੀਂ ਇੱਥੋਂ ਸਰਬੀਆ ਜਾਂਦੇ ਹੋ ਸਰਬੀਆ ਜੇ ਤੁਸੀਂ ਬਾਈ ਫਲਾਈਟ ਜਾਂਦੇ ਹੋ ਹਨ ਤੇ ਫਿਰ ਤੁਹਾਨੂੰ ਕੋਵਿਡ ਦਾ ਟੈਸਟ ਚਾਹੀਦਾ ਹੀ ਆ ਜੀ ਤੁਸੀਂ ਬਾਇਰ ਰੂਟ ਜਾਂਦੇ ਹੋ ਤੇ ਫਿਰ ਤੁਹਾਨੂੰ ਕੋਵਿਡ ਦਾ ਟੈਸਟ ਨਹੀਂ ਚਾਹੀਦਾ ਤੁਹਾਡੇ ਵੈਕਸੀਨ ਲੱਗੀ ਹੋਣੀ ਚਾਹੀਦੀ ਆ ਤੇ ਜਿਹੜੀ ਆ ਵੈਕਸੀਨ ਉਹਦਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਤੇ ਤੁਹਾਨੂੰ ਉਹ ਐਂਟਰੀ ਦੇ ਦਿੰਦੇ ਆ ਤੇ ਉਹ ਤੋਂ ਇਲਾਵਾ ਜੇ ਤੁਸੀਂ ਸਰਬੀਆ ਤੋਂ ਰូមਾਨੀਆ ਦੇ ਵਿੱਚ ਆਉਨੇ ਆ ਚਾਹੇ ਉਹੀ ਬੰਦਾ ਹੋਵੇ ਚਾਹੇ ਕੋਈ ਹੋਰ ਨਵਾਂ ਬੰਦਾ ਜਿਸ ਜਿਸ ਬੰਦੇ ਕੋਲ ਵੀਜ਼ਾ ਵਾ ਜਾਂ ਜਿੱਦਾਂ ਵੀ ਆ ਜਿਹੋ ਰូមਾਨੀਆ ਦੇ ਵਿੱਚ ਆਉਂਦਾ ਵਾ ਉਹਦੇ ਵੈਕਸੀਨ ਲੱਗੀ ਹੋਈ ਆ ਠੀਕ ਆ ਤੇ ਉਹ اے ਕੀ ਕਰਦੇ ਆ ਕਿ ਜੇ ਵੈਕਸੀਨ ਲੱਗੀ ਹੈ ਤਾਂ ਤੁਹਾਡੇ ਕੋਲ ਕੋਵਿਡ ਦਾ ਟੈਸਟ ਵੀ ਹੋਣਾ ਚਾਹੀਦਾ ਇਹਨਾਂ ਦਿਨਾਂ ਦੇ ਵਿੱਚ ਜੇ ਤੁਸੀਂ ਇਹ ਵੀਡੀਓ ਦੇਖ ਰਹੇ ਆ ਜੇ ਕੋਈ ਨਵੀਂ ਇਨਫੋਰਮੇਸ਼ਨ ਹੋਈ ਤਾਂ ਉਹ ਵੀ ਮੈਂ ਤੁਹਾreturnData ਜਰੂਰ ਸ਼ੇਅਰ ਕਰ ਦੂੰਗਾ ਜੇ ਰੂਲ ਚੇਂਜ ਹੋਏ ਫਿਲਹਾਲ ਇਹਨਾਂ ਦਿਨਾਂ ਵਿੱਚ ਜੇ ਤੁਸੀਂ ਸਰਬੀਆ ਤੋਂ ਰូមਾਨੀਆ ਚ ਐਂਟਰ ਹੋਣੇ ਤੁਹਾਡੇ ਕੋਲ ਕੋਵਿਡ ਦਾ ਟੈਸਟ ਹੋਣਾ ਚਾਹੀਦਾ ਤੁਸੀਂ ਫਿਰ ਐਂਟਰ ਹੋ ਸਕਦੇ ਆ ਤੁਹਾਨੂੰ ਕੁਆਰੰਟੀਨ ਨਹੀਂ ਕੀਤਾ ਜਾਊਗਾ ਪੀਸੀਆਰ ਟੈਸਟ ਨਹੀਂ ਹੈਗਾ ਵੈਕਸੀਨ ਲੱਗੀ ਹੋਈ ਆ ਤੇ ਤੁਹਾਨੂੰ ਜਿਹੜੀ ਰូមਾਨੀਆ ਦੀ ਗਵਰਨਮੈਂਟ ਆ ਉਹ ਜਿਹੜੀ ਆ ਤੁਹਾਨੂੰ ਪੰਜ ਤੋਂ 7 ਦਿਨ ਵਾਸਤੇ ਕੁਆਰੰਟੀਨ ਕਰ ਸਕਦੀ ਆ ਤੋਂ ਇਹ ਨਵੇਂ ਰੂਲ ਆ ਹੁਣ ਇਹਨਾਂ ਦਿਨਾਂ ਵਿੱਚ ਜਦ ਕਿ ਕਿਸ ਬਹੁਤ ਜ਼ਿਆਦਾ ਹੁੰਦੇ ਸੋ ਮੈਨੂੰ ਇਹ ਸਿਕਾ ਕਹਣਾ ਵੀ ਜਿੰਨਾ ਕੁ ਜਿਹੜੇ ਨਵੇਂ ਰੂਲ ਚੇਂਜ ਹੋਏ ਆ ਤੇ ਉਹਦੇ ਨਾਲ ਜਿੱਦਾਂ ਵੀ ਹੈਗਾ ਵਾ ਜੋ ਵੀ ਸਾਰਾ ਕੁਝ ਮੈਂ ਤੁਹਾਨੂੰ ਨਾਲ ਸ਼ੇਅਰ ਕਰਾਂ ਸੋ ਇਸ ਕਰਕੇ ਜੇ ਤੁਸੀਂ ਰਮਾਨੀਆ ਤੋਂ ਸਰਬੀਆ ਜਾਂਦੇ ਆ ਤੇ ਸਰਬੀਆ ਵਾਲੇ ਉਹਨਾਂ ਦੇ ਮੂਡ ਤੇ ਡਿਪੈਂਡ ਆ ਤੁਹਾਨੂੰ ਕਵਾਰੰਟਾਈਨ ਕਰਨਗੇ ਜਾਂ ਨਹੀਂ ਕਰਨਗੇ ਪਰ ਜੇ ਤੁਸੀਂ ਸਰਬੀਆ ਤੋਂ ਰਮਾਨੀਆ ਆਉਂਦੇ ਇਹਨਾਂ ਦਿਨਾਂ ਵਿੱਚ ਤੁਹਾਨੂੰ ਜੇ ਤੁਹਾਡੇ ਵੈਕਸੀਨ ਲੱਗੀ ਆ ਤੁਹਾਨੂੰ ਪੱਕਾ ਏ ਜੇ ਪੰਜ ਦਿਨ ਤੋਂ ਪੰਜ ਤੋਂ 7 ਦਿਨ ਵਾਸਤੇ ਕਵਾਰਨਟਾਈਨ ਕਰਨਗੇ ਜੇ ਤੁਹਾਡੇ ਕੋਲ ਪੀਸੀਆਰ ਟੈਸਟ ਹੈ ਫਿਰ ਤੁਹਾਨੂੰ ਵੀ ਕਵਾਰਨਟਾਈਨ ਨਹੀਂ ਕਰਨਗੇ ਸੋ ਇਦਾਂ ਜੇ ਤੁਸੀਂ ਬਲਗਾਰੀਆ ਜਾ ਰਹੇ ਹੋ ਤੇ ਤੁਸੀਂ ਇਹ ਬਲਗਾਰੀਆ ਦੀ ਗਵਰਨਮੈਂਟ ਦੇ ਡਿਪੈਂਡ ਆ ਕਿ ਉਹ ਤੁਹਾਨੂੰ ਕਵਾਰਨਟਾਈਨ ਕਰਦੇ ਕਿ ਨਹੀਂ ਜੇ ਤੁਸੀਂ ਬਲਗਾਰੀਆ ਤੋਂ ਰੂਮਾਨੀਆ ਆ ਰਹੇ ਹੋ ਠੀਕ ਹੈ ਫਿਰ ਤੁਹਾਨੂੰ ਇਹ ਤੁਹਾਡੇ ਕੋਲ ਪੀਸੀਆਰ ਟੈਸਟ ਦੇਖਣਗੇ ਜੇ ਨਹੀਂ ਹੈਗਾ ਜੇ ਤੁਹਾਡੇ ਕੋਲ ਵੈਕਸੀਨ ਦਾ ਸਰਟੀਫਿਕੇਟ ਹੈਗਾ ਤੇ ਫਿਰ ਤੁਹਾਨੂੰ ਪੰਜ ਤੋਂ 7 ਦਿਨ ਵਾਸਤੇ ਕਵਾਰਨਟਾਈਨ ਕਰਨਗੇ ਇਦਾਂ ਯੂਕਰੇਨ ਨਾਲ ਇਦਾਂ ਮੋਲਡੋਵਾ ਨਾਲ ਹਾਲਾਤ ਜਿਹੜੇ ਕਾਫੀ ਕਹਿ ਲੋ ਕਿ ਖਰਾਬ ਹੋਏ ਆ ਕੋਵਿਡ ਤੇ ਬਹੁਤ ਜ਼ਿਆਦਾ ਕੇਸ ਆ ਰਹੇ ਆ ਤੇ ਬਾਕੀ ਸਾਰਿਆਂ ਨੂੰ ਅਪੀਲ ਹੈ ਕਿ ਨਾ ਮਾਸਕ ਵਗੈਰਾ ਯੂਜ਼ ਕਰੋ ਤੁਸੀਂ ਜੇ ਤੁਸੀਂ ਪਬਲਿਕ ਪਲੇਸ ਤੇ ਜਾਂਦੇ ਆ ਤੇ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਜਿਨ੍ਹਾਂ ਵੀਰਾਂ ਦੇ ਵੈਕਸੀਨ ਲੱਗੀ ਹੋਈ ਸੀ ਜਿਹੜੇ ਜੇ ਕਿਸੇ ਦੇ ਫਾਈਜ਼ਰ ਲੱਗੀ ਆ ਐਸਟਰਾਜੇਨਿਕਾ ਜਾਂ ਕੋਈ ਵੀ ਲੱਗੀ ਸੀਗੀ ਜੀ ਉਹ ਐਕਸਪਾਇਰ ਹੋ ਗਈ ਆ ਤੇ ਜਿਹੜੀ ਬੂਸਟਰ ਡੋਸ ਆ ਉਸੇ ਵੈਕਸੀਨ ਦੀ ਵੈਕਸੀਨ ਦੀ ਤੇ ਪਲੀਜ਼ ਤੁਸੀਂ ਜ਼ਰੂਰ ਲਵਾ ਲਓ ਕਿਉਂਕਿ ਅ ਕੁਝ ਕੰਟਰੀਆਂ ਇਦਾਂ ਦੀ ਹੈਗੀਆਂ ਜਿਹੜੀਆਂ ਜੇ ਤੁਸੀਂ ਬਾਇ ਬਾਰਡਰ ਜਾਣਦੇ ਹੋ ਬਾਇ ਰੋਡ ਜਾਣਦੇ ਹੋ ਤੇ ਉਹ ਕੀ ਕਰਦੇ ਹੋ ਬੂਸਟਰ ਡੋਜ਼ ਵੀ ਹੁਣ ਉਹ ਦੇਖ ਰਹੇ ਆ ਤੇ ਜੇ ਤੁਹਾਡੇ ਵੈਕਸੀਨ ਲੱਗੀ ਹੈ ਠੀਕ ਆ ਫਿਰ ਉਹ ਕਹਿੰਦੇ ਕਿ ਤੁਹਾਡੇ ਜਿਹੜੀ ਬੂਸਟਰ ਡੋਜ਼ ਉਹ ਲੱਗੀ ਆ ਜਾਂ ਨਹੀਂ ਉਹਦਾ ਵੀ ਕੋਈ ਸਾਨੂੰ ਸਾਈਡ ਇਫੈਕਟ ਦਿਖਾਓ ਸੋ ਇਦਾਂ ਦੀਆਂ ਪ੍ਰੋਬਲਮਾਂ ਆ ਰਹੀਆਂ ਸੋ ਇਸ ਕਰਕੇ ਵੈਕਸੀਨ ਜ਼ਰੂਰ ਲਵਾਓ ਜਿਨ੍ਹਾਂ ਨੇ ਨਹੀਂ ਲਵਾਈ ਤੇ ਜਿਨ੍ਹਾਂ ਦੀ ਐਕਸਪਾਇਰ ਹੋ ਗਈ ਉਹ ਬੂਸਟਰ ਡੋਜ਼ ਬੂਸਟਰ ਡੋਜ਼ ਵੀ ਲਵਾ ਲਓ ਸੋ ਬਾਕੀ ਇਹੀ ਸੀਗਾ ਹਾਲ ਹਾਲ ਫਿਲਹਾਲ ਬਾਕੀ ਇਮੀਗ੍ਰੇਸ਼ਨ ਜਾਂਦੇ ਹੋ ਜਾਂ ਬੈਸੀ ਜਾਂਦੇ ਹੋ ਜਾਂ ਕਿਤੇ ਵੀ ਤੁਸੀਂ ਜਾਂਦੇ ਹੋ ਤਾਂ ਪ੍ਰੋਪਰ ਤੁਹਾਨੂੰ 마ਸਕ ਦੀ ਜ਼ਰੂਰਤ ਹੈ 마ਸਕ ਤੁਹਾਨੂੰ ਲੈਣਾ ਪੈਣਾ ਉਦਾਂ ਤੁਹਾਨੂੰ ਐਂਟਰੀ ਨਹੀਂ ਹੋ ਸਕਦੀ ਹੋਊਗੀ ਬਾਕੀ ਵਰਕ ਜਿਹੜੇ ਕੰਮ ਚੱਲਦੇ ਪਏ ਆ ਕੰਮ ਤੇ ਤੁਸੀਂ ਆਪਦੇ ਆਪ ਦੀ ਸੇਫਟੀ ਨਾਲ ਤੁਸੀਂ ਕੰਮ ਕਰੋ 마ਸਕ ਵਗੈਰਾ ਲਾ ਕੇ ਜਾਂ ਜਿੱਦਾਂ ਵੀ ਬਟ ਮੇਨ ਪ੍ਰੋਬਲਮ ਇਹ ਆ ਰਹੀ ਕਿ ਇਹਦੇ ਕੋਵਿਡ ਦੇ ਕੇਸ ਬਹੁਤ ਜ਼ਿਆਦਾ ਫੈਦ ਰਹੇ ਆ ਰਮਾਨੀਆ ਦੇ ਵਿੱਚ ਤੇ ਇਹਨਾਂ ਦਿਨਾਂ ਵਿੱਚ 40 35 ਤੋਂ 40000 ਜਿਹੜਾ ਕੇਸ ਹਰ ਦਿਨ ਦਾ ਆ ਰਿਹਾ ਵਾ ਦੀ ਉਹਦਾ ਇਹੀ ਹੈ ਕਿ ਲੋਕ ਜਿਹੜੇ ਟਰੈਵਲ ਕਰਦੇ ਆ ਮਾਸਕ ਵਗੈਰਾ ਨਹੀਂ ਲੈਂਦੇ ਤੇ ਉਹਦੇ ਕਰਕੇ ਜਿਹੜੇ ਜ਼ਿਆਦਾ ਕੇਸ ਆ ਰਹੇ ਸੋ ਇਦਾਂ ਦੀਆਂ ਪ੍ਰੋਬਲਮਾਂ ਸੀਗੀਆਂ ਤੇ ਬਾਕੀ ਇਸ ਵੀਡੀਓ ਚ ਇਹੀ ਸੀਗਾ ਕੇਸਾਂ ਵਗੈਰਾ ਕੇਸਾਂ ਕੋਵਿਡ ਦੇ ਬਾਰੇ ਮੈਂ ਤੁਹਾਨੂੰ ਤੁਹਾਡੇ ਨਾਲ ਡਿਸਕਸ ਕਰਨੀ ਸੀਗੀ ਦੱਸਣਾ ਸੀਗਾ ਕਿ ਕਿੱਦਾਂ ਦੇ ਹਾਲਾਤ ਆ ਹੁਣ ਇਹਨਾਂ ਦਿਨਾਂ ਵਿੱਚ ਕਿ ਜਿੱਦਾਂ ਹੁਣ ਇੰਡੀਆ ਦੇ ਵਿੱਚ ਥੋੜੇ ਥੋੜੇ ਹਾਲਾਤ ਸੁਧਰ ਰਹੇ ਆ ਕੋਵਿਡ ਦੇ ਕੇਸ ਘਟ ਰਹੇ ਆ ਜਾਂ ਕਹਿ ਲੋ ਕਿ ਉਹ ਬਹੁਤ ਸਾਰੇ ਇਹ ਕੰਟਰੀਆਂ ਦੀਆਂ ਫਲਾਈਟਾਂ ਓਪਨ ਹੋ ਰਹੀਆਂ ਇੰਡੀਆ ਤੋਂ ਰਮਾਨੀਆ ਦਾ ਫਲਾਈਟਾਂ ਵੀ ਓਪਨ ਆ ਕੋਵਿਡ ਦਾ ਟੈਸਟ ਕਰਾਓ 48 ਆਵਰਸ ਚੱਲਦੇ ਆ 72 ਘੰਟੇ ਵੀ ਲੈਂਦੇ ਆ ਤੇ ਤੁਸੀਂ ਐਂਟਰੀ ਕਰ ਸਕਦੇ ਆ ਜੇ ਤੁਹਾਡੇ ਵੈਕਸੀਨ ਵਗੈਰਾ ਲੱਗੀ ਹੈ ਜੇ ਤੁਸੀਂ ਨਿਊ ਆਂ ਰਏ ਇੰਡੀਆ ਤੋਂ ਰਮਾਨੀਆ ਦੇ ਵਿੱਚ ਤੇ ਇਹ ਤੁਹਾਨੂੰ ਜਿਹੜਾ ਕੁਆਰੰਟਾਈਨ ਕਰਨਗੇ 14 ਦਿਨਾਂ ਵਾਸਤੇ ਤੁਹਾਡੀ ਕੰਪਨੀ 'ਚ ਤੁਹਾਡੇ ਘਰ ਵਿੱਚ ਜਿੱਥੇ ਵੀ ਤੁਸੀਂ ਐਡਰੈਸ ਲਿਖਾਉਂਦੇ ਹੋ ਜਿਹੜੇ ਵੀ ਐਡਰੈਸ ਜਿਹੜਾ ਵੀ ਐਡਰੈਸ ਇਮੀਗ੍ਰੇਸ਼ਨ ਨੂੰ ਤੁਸੀਂ ਦੱਸਦੇ ਹੋ ਉੱਥੇ ਤੁਹਾਨੂੰ ਕੁਆਰੰਟਾਈਨ ਕਰ ਰਹੇ ਆ ਜੇ ਤੁਸੀਂ ਇਥੋਂ ਵਕੇਸ਼ਨ ਗਏ ਹੋ ਛੁੱਟੀ ਗਏ ਹੋ ਰਮਾਨੀਆਂ ਤੋਂ ਇੰਡੀਆ ਨੂੰ ਤੇ ਜੇ ਤੁਸੀਂ ਵਾਪਸ ਆਉਂਦੇ ਹੋ ਫਿਰ ਤੁਹਾਨੂੰ ਕੋਰਾਂਟਾਈਨ ਨਹੀਂ ਕਰਦੇ ਹਾਂ ਤੁਸੀਂ 에ਅਰਪੋਰਟ ਤੇ ਆ ਕੇ ਆਪਣੀ ਵੈਕਸੀਨ ਜਿਹੜੀ ਹੈ ਵੈਕਸੀਨ ਦਾ ਸਰਟੀਫਿਕੇਟ ਉਹ ਵੀ ਦਿਖਾਉਣਾ ਹੁੰਦਾ ਕੋਵਿਡ ਦਾ ਟੈਸਟ ਤੁਹਾਡੇ ਕੋਲ ਹੁੰਦਾ ਵਾ ਤੇ ਵੈਕਸੀਨ ਦਾ ਜਿਹੜਾ ਸਰਟੀਫਿਕੇਟ ਉਹ ਜਰੂਰ ਦਿਖਾਓ ਤੇ ਜੇ ਉਹ ਪੁੱਛਣ ਵੀ ਤੁਸੀਂ ਨਿਊ ਆ ਜਾਂ ਕਿੱਦਾਂ ਉਹਨਾਂ ਨੂੰ ਦੱਸੋ ਕਿ ਨਹੀਂ ਅਸੀਂ ਵਕੇਸ਼ਨ ਗਏ ਸੀ ਛੁੱਟੀ ਗਏ ਸੀ ਆਏ ਹਾਂ ਵਾਪਸ ਤੇ ਉਹਨਾਂ ਨੇ ਪੁੱਛਣਾ ਕਿ ਤੁਹਾਡੇ ਵੈਕਸੀਨ ਲੱਗੀ ਆ ਫਿਰ ਉਹਨਾਂ ਨੂੰ ਦੱਸੋ ਕਿ ਹਾਂ ਸਾਡੇ ਰਮਾਨੀਆਂ ਦੀ ਵੈਕਸੀਨ ਲੱਗੀ ਆ ਸਾਡੇ ਜੇ ਜਿਹੜੀ ਤੁਹਾਡੇ ਵੈਕਸੀਨ ਲੱਗੀ ਆ ਉਸ ਵੈਕਸੀਨ ਦਾ ਉਹਨਾਂ ਨੂੰ ਸਰਟੀਫିକੇਟ ਦਿਖਾ ਦਿਓ ਫਿਰ ਕੁਆਰੰਟਾਈਨ ਨਹੀਂ ਕਰਦੇ ਤੇ ਜੇ ਤੁਸੀਂ ਨਿਊ ਆਏ ਤਾਂ ਤੁਹਾਨੂੰ ਕੁਆਰੰਟਾਈਨ ਜਰੂਰ ਕਰਨਗੇ ਇੰਡੀਆ ਪਾਕਿਸਤਾਨ ਸ਼੍ਰੀਲੰਕਾ ਬੰਗਲਾਦੇਸ਼ ਨੇਪਾਲ ਤੋਂ ਜੇ ਤੁਸੀਂ ਆਉਂਦੇ ਆ ਜੇ ਤੁਹਾਡਾ ਕੰਟਰੀ ਰੈੱਡ ਜ਼ੋਨ ਦੇ ਵਿੱਚ ਆ ਤੇ ਤੁਹਾਨੂੰ ਕੁਆਰੰਟਾਈਨ ਜਰੂਰ ਕਰਨਗੇ ਸੋ ਇਹ ਸੀਗੀਆਂ ਮੇਨ ਮੇਨ ਨਿਊਜ਼ ਜਿਹੜੀਆਂ ਮੈਂ ਤੁਹਾਨੂੰ ਸ਼ੇਅਰ ਕਰਨੀਆਂ ਸੀਗੀਆਂ ਕਿਉਂਕਿ ਮੈਨੂੰ ਇਹ ਸੀਗਾ ਵੀ ਹੁਣ ਦੀ ਅਪਡੇਟ ਜਿਹੜੀ ਉਹ ਦਿੱਤੀ ਜਾਵੇ ਕਿਉਂਕਿ ਕੱਲੇ ਰਵਾਨੀਆਂ ਵਿੱਚ ਨਹੀਂ ਬਹੁਤ ਸਾਰੀਆਂ ਕੰਟਰੀਆਂ ਵਿੱਚ ਜਿਹੜੇ ਉਹ ਕੇਸ ਵਧ ਰਹੇ ਜੇ ਤੁਸੀਂ ਜਰਮਨ ਤੋਂ ਰਮਾਨੀਆਂ ਚਾਉਂਦੇ ਆ ਜੇ ਤੁਹਾਨੂੰ ਕਵਾਰਨਟਾਈਨ ਕੀਤਾ ਜਾਊਗਾ ਇਟਲੀ ਤੋਂ ਆਉਂਦੇ ਤੁਹਾਨੂੰ ਕਵਾਰਨਟਾਈਨ ਕੀਤਾ ਜਾਊਗਾ ਠੀਕ ਹੈ ਸੋ ਇਦਾਂ ਇਹ ਜਿਹੜੇ ਯੂਰਪ ਦੇ ਹੋਰ ਕੰਟਰੀਆਂ ਤੋਂ ਤੁਸੀਂ ਆਉਂਦੇ ਆ ਤਾਂ ਤੁਹਾਨੂੰ ਕਵਾਰਨਟਾਈਨ ਕੀਤਾ ਜਾਊਗਾ ਕਿਉਂਕਿ ਯੂਰਪ ਦੇ ਬਹੁਤ ਸਾਰੇ ਕੰਟਰੀ ਆ ਜਿਨ੍ਹਾਂ ਦੇ ਤਕਰੀਬਨ ਕੇਸ ਵਧ ਰਹੇ ਆ ਤਕਰੀਬਨ ਸਾਰੇ ਕੰਟਰੀਆਂ ਵਿੱਚ ਯੂਰਪ ਦੇਆਂ ਜਿਹੜੇ ਕੇਸ ਵਧ ਰਹੇ ਆ ਯੂਕਰੇਨ ਚ ਵੀ ਕੇਸ ਵਧ ਰਹੇ ਆ ਸਾਈਪ੍ਰਸ ਵਗੈਰਾ ਮਾਲਡੋਵਾ ਹੋਰ ਵੀ ਜਿੰਨੇ ਵੀ ਕੰਟਰੀ ਆ ਉਹਨਾਂ ਚ ਜਿਹੜੇ ਕੇਸ ਵਧ ਰਹੇ ਵਧ ਰਹੇ ਇਸ ਕਰਕੇ ਥੋੜੀ ਜੀ ਸਖਤਾਈ ਕੀਤੀ ਹੈ ਰਮਾਨੀ ਵਿੱਚ ਜੇ ਤੁਸੀਂ ਐਂਟਰ ਹੁੰਦੇ ਆ ਤੁਹਾਨੂੰ ਕੋਵਿਡ ਦਾ ਟੈਸਟ ਦਿਖਾਉਣਾ ਪੈਂਦਾ ਜਾਂ ਵੈਕਸੀਨ ਦਿਖਾਉਣੀ ਪੈਂਦੀ ਹੈ ਸੋ ਇਹ ਜਿਹੜੀਆਂ ਕੁਝ ਪਾਬੰਦੀਆਂ ਇਹਨਾਂ ਨੇ ਲਾਈਆਂ ਸੀਗੀਆਂ ਬਾਕੀ ਆਸ ਹੈ ਕਿ ਤੁਹਾਨੂੰ ਜਿਹੜੀ ਵੀਡੀਓ ਉਹ ਚੰਗੀ ਲੱਗੀ ਹੋ ਕੁਝ ਨੌਲੇਜ ਮਿਲੀ ਹੈ ਤੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ